ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਜੀ ਆਇਆਂ ਨੂੰ ਜੀ 코로나 ਕਰਕੇ ਹੁਣੇ-ਹੁਣੇ 30 ਜੂਨ ਤੱਕ ਲਈ ਹੋ ਗਿਆ ਇਹ ਐਲਾਨ ਆਈ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਔਰ ਸਬਸਕ੍ਰਾਈਬ ਕਰ ਲਨ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਸਫਰ ਤੈ ਕਰਨ ਵਾਸਤੇ ਮਨੁੱਖਾ ਵਜਾਇਦੇ ਕਈ ਸਾਧਨਾਂ ਦੀ ਵਰਤੋਂ ਕਰਦਾ ਹੈ ਇਸ ਦੌਰਾਨ ਮੁੱਖ ਨੂੰ ਕਈ ਤਰ੍ਹਾਂ ਦੇ ਨਿਯਮਾਂ ਦੀ ਪਾਲਣ ਵੀ ਕਰਨੀ ਪੈਂਦੀ ਹੈ ਆਪਣੇ ਸਫਰ ਨੂੰ ਆਰਾਮਦਾਇਕ ਬਣਾਉਣ ਵਾਸਤੇ ਮਨੁੱਖ ਵਧੀਆ ਗੱਡੀ ਦੀ ਚੋਣ ਕਰਦਾ ਹੈ ਤਾਂ ਜੋ ਉਸ ਨੂੰ ਸਫਰ ਦੌਰਾਨ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਪਰ ਇਕੱਲਾ ਵਧੀਆ ਗੱਡੀ ਦੀ ਚੋਣ ਕਰਨ ਦੇ ਨਾਲ ਹੀ ਸਾਡੇ ਸਫ਼ਰ ਦੀਆਂ ਦਿੱਕਤਾਂ ਖਤਮ ਨਹੀਂ ਹੁੰਦੀਆਂ ਸਾਨੂੰ ਗੱਡੀ ਦੇ ਨਾਲ ਜੁੜੇ ਹੋਏ ਦਸਤਾਵੇਜ਼ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣ ਕਰਨੀ ਪੈਂਦੀ ਹੈ ਪਿਛਲੇ ਕਰੀਬ ਡੇਢ ਸਾਲ ਤੋਂ ਇੱਕ ਜਹੀ ਬਿਮਾਰੀ ਨੇ ਇਸ ਸੰਸਾਰ ਦੇ ਵਿੱਚ ਆਪਣਾ ਦਬਦਬਾ ਬਣਾਇਆ ਹੈ ਜਿਸ ਦੇ ਨਾਲ ਆਮ ਜਨ ਜੀਵਨ ਨੂੰ ਬੁਰੀ ਤਰ੍ਹਾਂ ਸਵਾਸਤਿਤ ਹੋ ਚੁਕਾ ਹੈ ਇਸ ਦਾ ਸਭ ਤੋਂ ਵੱਡਾ ਅਸਰ ਆਵਾਜਾਈ ਦੇ ਉੱਪਰ ਦੇਖਣ ਨੂੰ ਮਿਲਿਆ ਕਰੋਨਾ ਵਾਇਰਸ ਦੀ بیماری ਨੂੰ ਦੇਖਦੇ ਹੋਏ ਹੀ ਵਾਹਨਾਂ ਦੇ ਸਬੰਧ ਦਸਤਾਵੇਜ਼ ਦੀ ਮਿਆਦ ਲਾਕਡਾਊਨ ਤੋਂ ਖਤਮ ਹੋ ਗਈ ਸੀ ਜਿਸ ਤੋਂ ਪਰ ਸਰਕਾਰ ਨੇ ਹੁਕਮ ਇਹ ਫੈਸਲਾ ਲਿਆ ਲਾਕਡਾਊਨ ਦੀ ਮਿਆਦ ਸਮੇਂ ਮਿਆਦ ਖਤਮ ਹੋਣ ਨਾਲ ਵਾਹਨਾਂ ਦੇ ਦਸਤਾਵੇਜ਼ ਨਮਨੀਕਰਨ ਲਈ ਹੱਦ 31 ਮਾਰਚ 2021 ਦਾ ਵਧਾ ਦਿੱਤੀ ਗਈ ਸੀ ਹੁਣ ਰੋਡ ਟਰਾਂਸਪੋਰਟ ਮੰਤਰਾਲੇ ਨੇ ਇਹ ਨਾਲ ਸੰਬੰਧਿਤ ਵਾਹਨਾਂ ਦੇ ਦਸਤਾਵੇਜ਼ ਦੀ ਨਮਨੀ ਕਰਨ ਦੀ ਸੀਮਾ 30 ਜੂਨ 2021 ਤੱਕ ਵਧਾ ਦਿੱਤੀ ਹੈ ਮੰਤਰਾਲੇ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਕਰੋਨਾ ਵਾਇਰਸ ਦੇ ਵਾਧੇ ਪ੍ਰਸਾਰ ਨੂੰ ਦੇਖਦੇ ਹੋਏ ਲਿਆ ਗਿਆ ਵਾਹਨ ਨਾਲ ਜੁੜੇ ਹੋਏ ਦਸਤਾਵੇਜ਼ ਜਿਵੇਂ ਕਿ ਵਾਹਨ ਦਾ ਫਿਟਨੈਸ ਸਰਟੀਫਿਕੇਟ ਰਜਿਸਟ੍ਰੇਸ਼ਨ ਸਰਟੀਫਿਕੇਟ ਡਰਾਈਵਿੰਗ ਦਾ ਲਾਇਸੈਂਸ ਪ੍ਰੋਡਕਸ਼ਨ ਸਰਟੀਫਿਕੇਟ ਵਾਹਨ ਦੀ ਇੰਸ਼ੋਰੈਂਸ ਅਤੇ ਸੀएनजी ਦੀ ਲੀਕੇਜ ਨਾਲ ਸੰਬੰਧਿਤ ਜੁੜੀਆਂ ਹੋਈਆਂ ਸੇਵਾਵਾਂ ਦੀ ਰੀਨਿਊ ਦੀ ਹੱਦ ਵਿਦਾ ਆਦਿੱਤੀ ਇਸ ਸੰਬੰਧਿਤ ਬਾਸ ਅਤੇ ਕਾਰ ਆਪਰੇਟਰ ਕਨਫੈਡਰੇਸ਼ਨ ਆਫ ਇੰਡੀਆ ਦੇ ਚੇਅਰਮੈਨ ਗੁਰਮੁਖੀ ਸਿੰਘ ਤਨੀਜਾ ਨੇ ਆਖਿਆ ਕਿ ਨਵੇਂ ਐਲਾਨ ਤੋਂ ਬਾਅਦ ਐਕਸਪਾਇਰ ਹੋ ਚੁੱਕੇ ਕਾਗਜ਼ ਨੂੰ 1 ਫਰਵਰੀ 2021 ਤੋਂ ਬਾਅਦ ਵੀ ਜਾਇਜ਼ ਮੰਨਿਆ ਜਾਵੇਗਾ ਅਤੇ ਸਬੰਧਤ ਏਜੰਸੀ ਜੇ ਕਿਸੇ ਵੀ ਵਾਹਨ ਦੇ ਉੱਪਰ ਕਿਸੇ ਵੀ ਕਿਸਮ ਦੇ ਵਾਹਨ ਦੀ ਕੋਈ ਵੀ ਕਾਰਵਾਈ ਨਹੀਂ ਕਰੇਗੀ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ